ਘੋੜ ਸਵਾਰੀ ਦੇਸ਼ ਦੇ ਵਿੱਚ ਕਾਫੀ ਪੁਰਾਣਾ ਤੇ ਸ਼ੌਕੀਨ ਖੇਡ ਮੰਨਿਆ ਜਾਂਦਾ ਹੈ। ਮੌਜੂਦਾ ਵਕਤ ਦੇ ਵਿੱਚ ਘੋੜ ਸਵਾਰੀ ਨਾਲ ਜੁੜੇ ਕਈ ਸਪੋਰਟਸ ਇਵੈਂਟ ਵੀ ਹੁੰਦੇ ਹਨ ਤੇ ਚੰਡੀਗੜ੍ਹ ਦੇ ਵਿੱਚ ਨੌਜਵਾਨਾਂ ਨੂੰ ਘੋੜ ਸਵਾਰੀ ਦਾ ਹੁਨਰ ਸਿਖਾਉਣ ਦੇ ਲਈ ਚੰਡੀਗੜ੍ਹ ਪੁਲਿਸ ਨੇ ਇੱਕ ਪਹਿਲ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਸੈਕਟਰ 26 ਪੁਲਿਸ ਲਾਈਨ ਦੇ ਵਿੱਚ ਇੱਕ ਹੋਰਸ ਰਾਈਡਿੰਗ ਸਕੂਲ ਖੋਲ੍ਹਿਆ ਗਿਆ ਹੈ। ਚੰਡੀਗੜ੍ਹ ਪੁਲਿਸ ਦੇ DGP ਪ੍ਰਵੀਰ ਰੰਜਨ ਨੇ ਇਸ ਕਲੱਬ ਦਾ ਜਿੱਥੇ ਉਦਘਾਟਨ ਕੀਤਾ ਤੇ ਇਸ ਦੇ ਨਾਲ ਹੀ ਜਾਣਕਾਰੀ ਵੀ ਸਾਂਝਾ ਕੀਤੀ। ਇਸ ਮੌਕੇ ਤੇ ਉਹਨਾਂ ਦੇ ਨਾਲ ਕਈ ਪੁਲਿਸ ਦੇ ਜਵਾਨ ਤੇ ਵੱਡੇ ਅਫਸਰ ਵੀ ਮੌਜੂਦ ਸੀ। ਨਾਲੇ ਉਹਨਾਂ ਨੇ ਦੱਸਿਆ ਕਿ ਸਕੂਲੀ ਬੱਚਿਆਂ ਦੇ ਲਈ ਘੋੜ ਸਵਾਰੀ ਦੇ ਵਿੱਚ ਰੁਚੀ ਪੈਦਾ ਕਰਨ ਦੇ ਲਈ ਇਸ ਕਲੱਬ ਨੂੰ ਖੋਲ੍ਹਿਆ ਗਿਆ ਤੇ ਬੱਚਿਆਂ ਨੂੰ ਇੱਥੇ ਘੋੜਿਆਂ ਦੇ ਤੇ ਘੋੜ ਸਵਾਰਾਂ ਦੇ ਕਰਤੱਵ ਦੇਖਣ ਨੂੰ ਮਿਲਣਗੇ। ਤੇ ਨਾਲ ਹੀ ਪ੍ਰਵੀਨ ਰੰਜਨ ਨੇ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਵਿਚਕਾਰ ਚੰਡੀਗੜ੍ਹ ਪੁਲਿਸ ਦਾ ਇੱਕ ਪ੍ਰਯਾਸ ਹੈ ਤੇ ਇਸੇ ਤਹਿਤ ਸਕੂਲੀ ਬੱਚਿਆਂ ਨੂੰ ਵੀ ਰਾਈਡਿੰਗ ਸਿੱਖਣ ਦੇ ਲਈ ਜਿੱਥੇ ਜਾਗਰੂਕ ਕੀਤਾ ਜਾਏਗਾ ਤੇ ਉਹਨਾਂ ਦੇ ਵਿੱਚ ਇਸ ਬਾਰੇ ਜਾਣਕਾਰੀ ਵੀ ਸਾਂਝਾ ਕੀਤੀ ਜਾਏਗੀ। ਤੇ ਨਾਲ ਹੀ DGP ਨੇ ਜਾਣਕਾਰੀ ਸਾਂਝਾ ਕਰਦੇ ਹੋਏ ਇਹ ਵੀ ਦੱਸਿਆ ਕਿ ਘੋੜੇ ਤੇ ਟ੍ਰੇਨਰਸ ਇਸ ਸਕੂਲ ਦੇ ਵਿੱਚ ਉਪਲਬਧ ਹੋਣਗੇ। ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਪੁਲਿਸ ਲਾਈਨਸ ਕੇ ਅੰਦਰ ਸੈਕਟਰ 26 ਮੇਂ ਆਪਨੇ ਜੈਸੇ ਦੇਖਾ ਇੱਕ ਰਾਈਡਿੰਗ ਕਲੱਬ ਕੀ ਸਥਾਪਨਾ ਕੀ ਹੈ। ਇਹ ਹਮਾਰਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮੇਂ ਇੱਕ ਛੋਟਾ ਸਾ ਇਨੀਸ਼ੀਏਟਿਵ ਹੈ ਚੰਡੀਗੜ੍ਹ ਪੁਲਿਸ ਕੀ ਤਰਫ ਸੇ, ਜਿਸ ਮੇਂ ਹਮ ਬੱਚੋਂ ਕੋ ਖਾਸ ਕਰਕੇ ਸਕੂਲ ਕੇ ਬੱਚੋਂ ਕੋ ਮੋਟੀਵੇਟ ਕਰ ਰਹੇ ਹੈ ਰਾਈਡਿੰਗ ਸਿੱਖਣੇ ਕੇ ਲੀਏ, ਤਾਂ ਕਿ ਵੋ ਰਾਈਡਿੰਗ ਸਿੱਖ ਸਕੇ। ਔਰ ਉਸਕੇ ਲੀਏ ਹਮ ਲੋਗੋਂ ਨੇ ਬਹੁਤ ਹੀ ਅੱਛੀ ਵਿਵਸਥਾ ਯਹਾਂ ਪੇ ਉਨਕੋ ਪ੍ਰਦਾਨ ਕੀ ਹੈ। ਜੋ ਹਮਾਰੇ ਚੰਡੀਗੜ੍ਹ ਪੁਲਿਸ ਕੇ ਜੋ ਘੋੜੇ ਹੈ ਔਰ ਜੋ ਹਮਾਰੇ ਟ੍ਰੇਨਰਸ ਹੈ ਵੋ ਇਸ ਸਕੂਲ ਮੇਂ ਉਪਲਬਧ ਰਹੇਗੇ। ਕੋਈ ਵੀ ਬੱਚਾ ਜੋ ਇਸ ਰਾਈਡਿੰਗ ਸਕੂਲ ਮੇਂ ਆਉਣਾ ਚਾਹਤਾ ਹੈ ਵੋ ਆਮੰਤ੍ਰਿਤ ਹੈ। ਔਰ ਉਸਕੇ ਲੀਏ ਹਮਨੇ ਜੋ ਫੀਸ ਰੱਖਾ ਹੈ ਬਹੁਤ ਹੀ ਰੀਜ਼ਨੇਬਲ ਫੀਸ ਰੱਖਾ ਹੈ। ਪੁਲਿਸ ਪਰਿਵਾਰ ਕੇ ਲੀਏ ਹਮਨੇ ਉਸਮੇਂ ਬਹੁਤ ਹੀ ਰੀਜ਼ਨੇਬਲ ਡਿਸਕਾਊਂਟ ਵੀ ਕੀਆ ਹੁਆ ਹੈ, ਤਾਂ ਕਿ ਪੁਲਿਸ ਕੇ ਬੱਚੇ ਔਰ ਮੋਟੀਵੇਟਿਡ ਹੋਂ, ਅੱਛੇ ਰਾਈਡਰ ਬਣ ਕਰਕੇ ਸਾਹਮਣੇ ਆਏ। ਔਰ ਘੁੜਸਵਾਰੀ ਜੋ ਇੱਕ ਹਮਾਰੇ ਯਹਾਂ ਕਾ ਬਹੁਤ ਹੀ ਪੁਰਾਣਾ ਬਹੁਤ ਹੀ ਸ਼ੌਕੀਨ ਇੱਕ ਖੇਲ ਰਹਾ ਹੈ, ਉਸਮੇਂ ਔਰ ਲੋਗੋਂ ਕੀ ਕਾ ਇੰਟਰਸਟ ਜਗੇ। ਯਹੀ ਹਮਾਰੀ ਉਮੀਦ ਹੈ ਇਸ ਰਾਈਡਿੰਗ ਸਕੂਲ ਕੇ ਮਾਧਿਅਮ ਸੇ। ਹਮ ਹਰ ਸਕੂਲ ਕੇ ਬੱਚੋਂ ਕੋ ਇੱਕ ਅਪੀਲ ਵੀ ਕਰਤੇ ਹੈ ਕਿ ਕਿਸੀ ਨਾ ਕਿਸੀ ਖੇਲ ਮੇਂ, ਕਿਸੀ ਨਾ ਕਿਸੀ ਪ੍ਰਤੀਸਪਰਧਾ ਮੇਂ ਵੋ ਸ਼ਾਮਿਲ ਹੋਂ। ਔਰ ਜੋ ਖੇਲੋ ਇੰਡੀਆ ਕਾ ਜੋ ਇੱਕ ਹਮਾਰੇ ਪ੍ਰਧਾਨ ਮੰਤਰੀ ਜੀ ਕਾ ਜੋ ਇੱਕ ਇੱਕ ਸਪਨਾ ਹੈ ਉਸਕੋ ਆਪ ਸਾਕਾਰ ਕਰੇਂ। ਔਰ ਇਸਮੇਂ ਇੱਕ ਹਮ ਛੋਟਾ ਸਾ ਯੋਗਦਾਨ ਇਸ ਰਾਈਡਿੰਗ ਸਕੂਲ ਕੇ ਮਾਧਿਅਮ ਸੇ ਚੰਡੀਗੜ੍ਹ ਪੁਲਿਸ ਕੇ ਦੁਆਰਾ ਦੇ ਰਹੇ ਹਾਂ। ਅੱਜ ਪੁਲਿਸ ਲਾਈਨ ਮੇਂ ਇੱਕ ਆਪਣੀ ਜੋ ਕੋਪਰੇਟਿਵ ਸਟੋਰ ਹੈ, ਪੁਲਿਸ ਮਲਟੀ ਕੋਪਰੇਟਿਵ ਸਟੋਰ, ਇਸਕਾ ਅਪਗ੍ਰੇਡੇਸ਼ਨ ਕੀਆ ਹੈ। ਇਹ ਜੋ ਮਲਟੀ ਕੋਪਰੇਟਿਵ ਸਟੋਰ ਹੈ ਨਾ ਸਿਰਫ ਪੁਲਿਸ ਲਾਈਨ ਕੋ ਬਲਕਿ ਆਸ ਪਾਸ ਕੇ ਲੋਗੋਂ ਕੋ, ਆਸ ਪਾਸ ਕੀ ਕਾਲੋਨੀਓ ਕੇ ਲੋਗੋਂ ਕੋ ਵੀ ਕਾਫੀ ਸਹੂਲੀਅਤ ਪ੍ਰਦਾਨ ਕਰਤਾ ਹੈ। ਔਰ ਕਾਫੀ ਰੀਜ਼ਨੇਬਲ ਪ੍ਰਾਈਸ ਮੇਂ ਯਹਾਂ ਪੇ ਲੋਗੋਂ ਕੋ ਘਰੇਲੂ ਸਮਾਨ ਮਿਲ ਜਾਤਾ ਹੈ। ਤੋ ਇਸਕੋ ਹਮਨੇ ਅਪਗ੍ਰੇਡ ਕਰਨੇ ਕੇ ਪੀਛੇ ਹਮਾਰਾ ਮਕਸਦ ਯਹੀ ਹੈ ਕਿ ਜੋ ਹਮਾਰੇ ਯਹਾਂ ਪੁਲਿਸ ਕੇ ਪਰਿਵਾਰ ਰਹਤੇ ਹੈ ਔਰ ਜੋ ਆਸ ਪਾਸ ਕੀ ਕਾਲੋਨੀਓ ਮੇਂ ਲੋਗ ਰਹਤੇ ਹੈ, ਅਗਰ ਵੋ ਸਸਤੇ ਔਰ ਅੱਛੀ ਚੀਜ਼ ਰੀਜ਼ਨੇਬਲ ਪ੍ਰਾਈਸ ਮੇਂ ਲੈਣਾ ਚਾਹੇ ਤੋ ਸਭ ਆਮੰਤ੍ਰਿਤ ਹੈ ਹਮਾਰੇ ਇਸ ਸਟੋਰ ਮੇਂ। ਔਰ ਇਸਕਾ ਮਾਹੌਲ ਹਮਨੇ ਇਸ ਤਰ੍ਹਾਂ ਕਾ ਬਣਾਇਆ ਹੈ ਕਿ ਉਨਕੋ ਆਨੇ ਮੇਂ ਯਹਾਂ ਖੁਸ਼ੀ ਹੋਗੀ। ਜੈਸਾ ਆਪਨੇ ਅੰਦਰ ਦੇਖਾ ਏਅਰ ਕੰਡੀਸ਼ਨ ਲਗਾਇਆ ਹੁਆ ਹੈ ਹਮਨੇ, ਬਹੁਤ ਸਾਰੇ ਰੈਕਸ ਪੇ ਆਪਨੇ ਦੇਖਾ ਸਮਾਨ ਬਹੁਤ ਤਰਤੀਬ ਸੇ ਲਗਾਏ ਗਏ ਹੈ। ਔਰ ਇਸ ਪੂਰੇ ਅਪਗ੍ਰੇਡੇਸ਼ਨ ਮੇਂ ਹਮਾਰੇ ਜੋ SSP ਸਾਹਿਬ ਹੈ ਔਰ ਉਨਕੀ ਜੋ ਟੀਮ ਹੈ ਯਹਾਂ ਪੇ ਲਾਈਨਸ ਕੀ, ਉਨ੍ਹਾਂ ਨੇ ਬੜਾ ਅੱਛਾ ਯੋਗਦਾਨ ਕੀਆ ਹੈ। ਤੋ ਇਸਕੋ ਬੜਾ ਅੱਛਾ ਸਵਰੂਪ ਮਿਲਾ ਹੈ ਔਰ ਮੈਂ ਵੀ ਬੜਾ ਇੰਪ੍ਰੈਸ ਹੁਆ ਜਿਸਕੋ ਦੇਖ ਕਰਕੇ। ਪਿਛਲੇ ਵਾਰ ਮੈਂ ਆਇਆ ਥਾ ਤੋ ਮੇਰੀ ਇਹ ਇੱਛਾ ਥੀ ਕਿ ਇਸਕੋ ਥੋੜ੍ਹਾ ਔਰ ਅੱਛਾ ਕੀਆ ਜਾਏ ਔਰ ਬਹੁਤ ਹੀ ਜਲਦੀ ਉਨ੍ਹਾਂ ਨੇ ਇਸ ਇੱਛਾ ਕੋ ਪੂਰਾ ਇੱਕ ਸਾਕਾਰ ਰੂਪ ਦਿਆ ਹੈ। ਤੋ ਮੈਂ ਪੂਰੀ ਟੀਮ ਕਾ, ਇਨਕਾ SSP ਸਾਹਿਬ ਔਰ ਉਨਕੀ ਟੀਮ ਕਾ ਮੈਂ ਵੀ ਸ਼ੁਕਰਗੁਜ਼ਾਰ ਹੂੰ। ਦੱਸ ਦੇਈਏ ਕਿ DGP ਵੱਲੋਂ ਪੁਲਿਸ ਲਾਈਨ ਦੇ ਵਿੱਚ ਬਣੇ ਪੁਲਿਸ ਹੋਸਪਿਟਲ ਦਾ ਜਿੱਥੇ ਉਦਘਾਟਨ ਕੀਤਾ ਗਿਆ ਤੇ ਇਸ ਦੌਰਾਨ ਉਹਨਾਂ ਨੇ ਇੱਥੇ ਡਾਕਟਰਾਂ ਦੀ ਵੀ ਹੌਸਲਾ ਅਫਜਾਈ ਕੀਤੀ ਤੇ ਨਾਲ ਹੀ DGP ਨੇ ਪੁਲਿਸ ਲਾਈਨ ਦੇ ਵਿੱਚ ਮਲਟੀ ਕੋਪਰੇਟਿਵ ਸਟੋਰ ਦਾ ਅਪਗ੍ਰੇਡੇਸ਼ਨ ਵੀ ਕੀਤਾ ਜਿੱਥੇ ਘੱਟ ਰੇਟਾਂ ਤੇ ਗਰੋਸਰੀ ਤੇ ਹੋਰ ਵੀ ਆਈਟਮਸ ਉਪਲਬਧ ਹੋਣਗੀਆਂ ਤੇ ਇਸ ਸਟੋਰ ਦੇ ਵਿੱਚ ਪੁਲਿਸ ਕਰਮੀਆਂ ਦੇ ਪਰਿਵਾਰਾਂ ਨੂੰ ਤੇ ਨਾਲ ਹੀ ਆਲੇ ਦੁਆਲੇ ਦੇ ਕਲੋਨੀਆਂ ਤੇ ਸੈਕਟਰਾਂ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ। ਜਗਬਾਣੀ TV ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ।